बंदे दी है जो मेरी अमल ते बह गई है। बड़ा औखा हो जाता जी, मैं बड़ा। कितना निके निके बच्चे बाबा जी, मैं हाथ जोड़ जोड़ के बाबे तो लाए ही, पर मैनू नहीं पता भी मैनू जिम्मेवारियां मेरे ते पै गई है। कोई नहीं, गुरु साहब जी कृपा करनगे। ठीक बाबा जी, औखा सौखा होगा भी अपने बच्चे दी जरूरत पूरिया करता है। बाले टुटे वह भी बदला दिते, पर उन्हें यह नहीं सानू दसिया भी साढ़े मेरे नाल आ कुछ हो जाना। उन्हें अपनी मौत तक नहीं दसिया भी मैनू आ दुख आ कोई तकलीफ है, ना बच्चों के ना बाबा जी ना ने मेरे गाड़ी कभी दसिया ही नहीं। महाराज न चंगा नहीं लगता। हूँ कितना गुजारा चलता तो? हूँ भी बाबा जी साडा बड़ा मंदा हाल आ, अपने को कभी कभी किसी आखी का सौदा दो दो, कभी किसी आखी का ना, तो कोई भैन भरावान तो कोई आस हैगी ना ही। सानू सहुरिया वालों शुरू तो ही नहीं बाबा जी सपोर्ट मिली। अच्छा जी, शुरू तो ही नहीं सहुरिया ने आस दिती। बत्ती बाबा जी साड़ी कट कत्तनी, इन्होंने नेरे बैठे रहना दीवा जगा के, ते बाबा जी थोड़े बहुते पेकियां तो लै आने, बत्ती वाले दे कोल जाके तरले लैने, हाथ जोड़ने, ते फिर बाबा जी उन्होंने आके साड़ी बत्ती ला के जानी। ਹੁਣ ਬੱਤੀ ਚੱਲਦੀ ਹੈ ਕਿ ਕੱਟ ਹੁਣ ਗਈ? ਸਾਡੀ ਬੱਤੀ ਚੱਲਦੀ ਪਈ ਬਾਬਾ ਜੀ, ਮੇਰਾ ਹਾਲੇ ਵੀ ਪਿਛਲਾ ਬਕਾਇਆ ਰਹਿਣ ਦਿਆ। ਮੇਰਾ ਬੱਤੀ ਦਾ ਇੱਕ ਬਾਬਾ ਜੀ ਬਿੱਲ ਦੀ ਹੈਗੀ ਹੈ ਮੈਨੂੰ ਇੱਕ ਇੱਕ ਬਾਬਾ ਜੀ ਜਦੋਂ ਮੀਂਹ ਆਉਂਦਾ ਹੈ ਨਾ, ਤੇ ਸਾਰੀ ਗਲੀ ਦਾ ਪਾਣੀ ਮੇਰੇ ਘਰ ਆ ਜਾਂਦਾ। ਨੀਵੀਂ ਹੈ ਜਗ੍ਹਾ ਜ਼ਿਆਦਾ? ਇਹ ਜਗ੍ਹਾ ਨੀਵੀਂ ਆ, ਬਾਲਿਆਂ ਦੀ ਸਾਰੀ ਛੱਤ ਆ, ਸਾਰਾ ਪਿੱਛੋਂ ਲੈ ਕੇ ਸਾਰਾ ਚੋਂਦਾ ਮੀਂਹ ਮੀਂਹ ਚੋਂਦਾ ਪੂਰਾ। ਹਾਂਜੀ, ਜਦੋਂ ਮੀਂਹ ਆਉਂਦਾ ਹੈ ਨਾ, ਉਹੀ ਬੈਠ ਕੇ ਨਾ ਅੰਦਰ, ਹਾਂਜੀ ਬੈਠ ਕੇ ਤੀਕਰ ਅੰਦਰ ਬਾਬਾ ਜੀ ਪਾਣੀ ਵੜ ਜਾਂਦਾ। ਹੋਇਆ ਤੇ ਇਸ ਤੋਂ ਬਾਅਦ ਇਹਦੇ ਪਾਪਾ ਦਾ ਲੀਵਰ ਦੇ ਵਿੱਚ ਪਾਣੀ ਪੈ ਗਿਆ, ਤੇ ਅਸੀਂ 3-4 ਵਾਰੀ ਹਸਪੀਟਲ ਖੜਿਆ, ਉੱਥੇ ਵਾਧੂ ਇਲਾਜ ਕਰਾਇਆ, ਪਰ ਨਹੀਂ ਬਾਬਾ ਜੀ ਉਹ ਨਹੀਂ ਬਚੇ। ਲੀਵਰ ਬਦਲਣਾ ਪੈਣਾ ਹੈ, ਸਾਰਾ ਅੰਦਰ ਜਿਹੜਾ ਨਾ ਖਰਾਬ ਹੋ ਗਿਆ ਇਹਦਾ। ਤੇ ਜੇ ਤੁਸੀਂ ਲੀਵਰ ਆਉਂਦੇ ਜੋ ਤੇ ਤੁਸੀਂ ਲੀਵਰ ਬਦਲਾ ਲਓ, ਤੇ ਪਰ ਪੈਸਾ ਬਹੁਤ ਜ਼ਿਆਦਾ ਲੱਗਣਾ ਹੈ, ਤੇ ਬੱਚਨ ਦੀ ਹਲੇ ਕੋਈ ਪੱਕੀ ਉਹ ਆਸ ਨਹੀਂ ਹੈਗੀ। ਕਹਿੰਦਾ ਵੀ ਮੇਰਾ ਗੱਲ ਦਾ ਸੂਟ ਵੀ ਲਾ ਦਿਓ, ਤੇ ਮੇਰਾ ਸਰੂਪਾ ਉੱਤੇ ਬੰਨਿਆ ਸੀ ਪੀਲੇ ਰੰਗ ਦਾ, ਤਰਨ ਤਾਰਨ ਨੂੰ ਮੈਂ ਦਰਬਾਰ ਸਾਹਿਬ ਲਿਆਈ ਅਰਦਾਸ ਕਰਾ ਕੇ, ਉਹ ਵੀ ਕਹਿੰਦਾ ਮੇਰਾ ਲਾ ਦਿਓ। ਲਾ ਕੇ ਤੇ ਬਾਬਾ ਜੀ ਆਕਸੀਜਨ ਜਿਹੜੀ ਉਹ ਲਾ ਕੇ ਮੱਥੇ 'ਤੇ ਰੱਖ ਲਈ, ਤੇ ਕਾਹਲੀਆਂ ਪੈਣ ਲੱਗ ਪਏ, ਤੇ ਉਸ ਵੇਲੇ ਮੁੱਕ ਗਏ। ਅੱਛਾ ਅੱਛਾ, ਉਹ ਟੀਕਾ ਸਿਖਾਇਆ ਹੀ ਨਹੀਂ ਕਿ? ਟੀਕਾ ਸਿਖਾਇਆ ਹੀ ਨਹੀਂ, 2:00 ਤੇ 45 ਮਿੰਟ 'ਤੇ ਉਹਨਾਂ ਦੀ ਡੈਥ ਹੋ ਗਈ ਸ਼ੁੱਕਰਵਾਰ। ਕਰਦੇ ਸੀ ਕੰਮ ਡਾਕਟਰ ਹੀ ਇੱਥੇ ਬਾਠੀ, ਆਪਣੀ ਇਹਨਾਂ ਦੀ ਦੁਕਾਨ ਸੀ ਦੋਵਾਂ ਭਰਾਵਾਂ ਦੀ। ਤੇ ਇਹਨਾਂ ਨੇ ਪੈਸੇ ਪੂਹੇ ਮੇਰੇ ਵੱਡੇ ਜੇਠ ਤੋਂ ਲੈ, ਤੇ ਜੇਠ ਮੇਰਾ ਕਹਿੰਦਾ ਵੀ ਬੱਬੂ ਮੈਨੂੰ ਪੈਸੇ ਦੇ ਦੂੰਗਾ ਤੇ ਤੇਰੀ ਮੈਂ ਦੁਕਾਨ ਛੱਡ ਦੂੰਗਾ, ਤੇ ਜੇ ਤੂੰ ਮੈਨੂੰ ਪੈਸੇ ਨਹੀਂ ਦੇਣੇ ਤੇ ਤੇਰੀ ਦੁਕਾਨ ਨੂੰ ਜਿੰਦਰਾ ਲੱਗ ਗਿਆ, ਕਬਜ਼ੇ 'ਚ ਰੱਖ ਲਈ। ਤੇ ਇਹਦੇ ਪਾਪਾ ਨੇ ਕਿਰਾਏ 'ਤੇ ਦੁਕਾਨ ਲੈ ਕੇ ਆਪਣੇ ਬੱਚਿਆਂ ਦਾ ਉੱਥੇ ਸੋਚਿਆ ਵੀ ਮੈਂ ਆਪਣੀ ਰੋਜ਼ੀ ਰੋਟੀ ਕਰੂੰਗਾ ਤੇ ਮੇਰੇ ਬੱਚੇ ਪਾਲ ਜਾਣਗੇ। ਹਾਂ, ਪਾਪੇ ਨਾਲ ਜਾ ਕੇ ਪਹਿਲੀਆਂ 'ਚ ਦੁਕਾਨ ਖੋਲ੍ਹਣੀ, ਪਾਪੇ ਨੇ ਰੋਟੀ ਲੈ ਕੇ ਜਾਣੀ ਹੁੰਦੀ, ਅਗਰ ਬੱਤੀ ਕਰਨੀ ਪਾਠ ਕਰਕੇ ਤਾਂ ਫਿਰ ਇਹਨੇ ਉੱਥੇ ਜਾਣਾ। ਕੰਮ ਬਹੁਤ ਜ਼ਿਆਦਾ ਕੀਤਾ, ਪਰ ਇਹਨੂੰ ਇਹਦੇ ਘਰਦਿਆਂ ਨੇ ਵੀ ਨਹੀਂ ਸਾਥ ਦਿੱਤਾ। ਗਰੀਬੀ ਵੀ ਆਪਣੀ ਕੱਟ ਲਈ ਆ, ਹੱਸ ਕੇ ਮਹਾਰਾਜ ਦੇ ਗਾੜੀ ਹੱਥ ਜੋੜ ਕੇ ਕੱਟ ਲਈ। ਜਿਹੜਾ ਰੱਬ ਨੇ ਮੈਨੂੰ ਆਹ ਇਮਤਿਹਾਨ ਦਿੱਤਾ ਨਾ, ਇਹ ਨਹੀਂ ਮੇਰੇ ਕੋਲ ਬਰਦਾਸ਼ਤ ਹੁੰਦਾ। ਬਾਬਾ ਜੀ ਮੈਂ ਉੱਠਦੀ ਜਾਗਦੀ ਸਿਮਰਨ ਕਰਦੀ, ਮੈਨੂੰ ਮਹਾਰਾਜ ਦਾ ਬਸ ਇਹ ਚੇਤਾ ਵੀ ਮੇਰੇ ਬੱਚੇ ਕਦੋਂ ਵੱਡੇ ਹੋਣਗੇ, ਮੇਰੀ ਘਰ ਦੀ ਗਰੀਬੀ ਕਿਸ ਤਰ੍ਹਾਂ ਨਿਕਲੂਗੀ। ਬਾਬਾ ਜੀ ਮੰਗਦੇ ਬੱਚੇ ਕਿਸੇ ਵੇਲੇ 5 ਰੁਪਈਏ ਦੇ ਦੇ, ਕਿਸੇ ਵੇਲੇ 10 ਰੁਪਈਏ ਦੇ ਦੇ। ਜਦੋਂ ਬਾਬਾ ਜੀ ਮੇਰੇ ਕੋਲ ਹੁੰਦੇ ਆ ਨਾ, ਉਦੋਂ ਮੈਂ ਇਹਨਾਂ ਨੂੰ ਦੇ ਦਿੰਦੀ ਹਾਂ, ਜਦੋਂ ਮੇਰੇ ਕੋਲ ਨਹੀਂ ਹੁੰਦੇ ਨਹੀਂ ਮੈਂ ਦਿੰਦੀ। ਪੰਜਾਂ ਦੀ ਜਿਹੜੇ ਰੋਜ਼ ਡੇਲੀ ਪਾਪਾ ਨੇ 10-10 ਦੇਣੇ, ਤੇ ਉਹ ਫਿਰ 5-5, ਉਹ ਵੀ ਇੱਕ ਦਿਨ ਲੈ ਲੈਣੇ, ਦੂਜੇ ਦਿਨ ਛੱਡ ਦੇਣੇ, ਤੀਜੇ ਦਿਨ ਲੈਣੇ, ਤੇ ਸਾਡਾ 100 ਰੁਪਈਆ ਛੇਤੀ ਨਾਲ ਖਤਮ ਹੋ ਜਾਣਾ। ਚਲੋ।